खालसा वाहेगुरु जी का फतेह जी। वाहेगुरु जी का खालसा जी, वाहेगुरु जी की फतेह जी। बाबा की ना जी अपना? अपना नाम उदन सिंह है जी। ये आप दुकान लाने जी बर्गर कुलचिया की, कदों तो लाने लगे हो? अपनों 2 साल हो गए जी तकरीबन। पहला की कारोबार थी अपना जी? पहला अपना पक्की सरी का काम सीखा जी, मैस्त्री का। बाहर भी जाके आए, 4 साल बाहर भी ला के आए जी आप। अच्छा जी, हाँ जी। फिर आके यही काम कदों चुने जी? आके फिर यही काम चला जी आप, उत्थे भी आप यही काम करना जी। उत्थे भी अपने फोरमैन अफसर के बटाए दब के चलने पे, इतने आपका काम वधिया टाइम नाल जाईदा, टाइम नाल आईदा जी। आपका आपका सैट है जी, प्रोग्राम ਵਧੀਆ ਚੱਲ ਰਿਹਾ ਜੀ ਕੰਮ। ਹਾਂਜੀ ਹਾਂਜੀ, ਕਿਰਪਾ ਜੀ ਅਨੰਦਪੁਰ ਦਾ। ਤੇ ਜਿਹੜੀ ਜਨਰੇਸ਼ਨ ਆਉਣ ਵਾਲੀ ਹੁਣ ਬਾਹਰ ਜਾ ਰਹੀ ਹੈ, ਉਹਨਾਂ ਵਾਸਤੇ ਕੋਈ ਸੁਨੇਹਾ ਮੈਸੇਜ ਦੇਣਾ ਚਾਹੋ? ਬੇਨਤੀ ਇਹੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਭਈ ਆਪਣਾ ਕੰਮ ਚਲਾਈਏ, ਆਪੋ ਆਪਣੇ ਕਾਰੋਬਾਰ ਚਲਾਈਏ। ਰੇਹੜੀਆਂ ਜਿਹੜੀਆਂ ਲੱਗੀਆਂ ਇਹ ਕੋਈ ਸੁੱਖਿਆ ਥੋੜ੍ਹਾ ਕਿ ਆਪਣਾ ਭਈਆਂ ਨੇ ਜਾਂ ਬਾਹਰੋਂ ਪ੍ਰਵਾਸੀਆਂ ਮਜ਼ਦੂਰਾਂ ਨੇ ਆ ਕੇ ਲਾਉਣਗੇ, ਆਪਾਂ ਆਪ ਕੰਮ ਕਰ ਸਕਦੇ ਸਾਰੇ ਪੰਜਾਬੀ। ਇਸ ਕਰਕੇ ਆਪਾਂ ਪੰਜਾਬੀ ਵੀਰ ਆ ਜਿਹੜੇ ਆਪਣੇ 200-400 ਰੁਪਏ ਦੀਆਂ ਦਿਹਾੜੀਆਂ ਕਰਦੇ ਆ, ਤਾਂ ਇਹ ਕੰਮ ਆਪਾਂ ਛੱਡ ਕੇ ਆਪਾਂ ਰੇਹੜੀਆਂ ਵਾਲੇ ਪਾਸੇ ਹੋਈਏ, ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਔਰ ਆਪਣੀ ਸਿੱਖੀ ਸਿਧਾਂਤਾਂ ਨੂੰ ਬਚਾ ਸਕੀਏ। ਆਪਣਾ ਕਾਰੋਬਾਰ ਜਿਹੜਾ ਬਾਹਰ ਜਾ ਕੇ ਵੀ ਕਰ ਰਹੇ ਆ, ਉਹਨਾਂ ਵਾਸਤੇ ਕੋਈ ਬਾਹਰ ਜਾ ਕੇ ਵੀ ਆਪਾਂ 4 ਸਾਲ ਬਾਹਰ ਵੀ ਲਾ ਕੇ ਆਏ ਬਈ ਦੁਬਈ ਦੇ ਵਿੱਚ, ਤਾਂ ਬਾਹਰ ਜਾ ਕੇ ਵੀ ਆਪਾਂ ਇਹੀ ਕਾਰੋਬਾਰ ਸਾਰਾ ਕਰਦੇ। ਉੱਥੇ ਵੀ ਹੋਰ ਬੈਨਾਂ ਦੇ ਨਾਲ ਤੜਕੇ ਉੱਠ ਕੇ 4 ਵਜੇ ਜਾਣਾ ਪੈਂਦਾ ਸੀਗਾ ਕੰਮ ਤੋਂ, 8:30 ਵਜੇ ਛੁੱਟੀ ਹੁੰਦੀ ਸੀਗੀ ਰਾਤ ਨੂੰ, ਅਤੇ ਸਾਰੀ ਰਾਤ ਦਿਨ ਰਾਤ ਉੱਥੇ ਇੱਕ ਕਰਨਾ ਪੈਂਦਾ ਬਾਹਰ ਜੀ। ਤਾਂ ਇਸ ਕਰਕੇ ਆਪਾਂ ਇੰਨੀ ਮਿਹਨਤ ਜੇ ਆਪਣੇ ਇੱਥੇ ਕਰਕੇ ਆਪਦੇ ਪਿੰਡ ਆਪਦੇ ਨਗਰ ਦੇ ਵਿੱਚ ਕਰਕੇ ਇੰਨੀ ਮਿਹਨਤ ਕਰਕੇ ਆਪਾਂ ਆਪਦਾ ਸਾਰਾ ਘਰੋਂ ਬਾਜ਼ਾਰ ਇੱਥੇ ਚਲਾ ਸਕਦੇ ਹਾਂ ਜੀ। ਧੰਨਵਾਦ ਜੀ। ਹਾਂਜੀ ਹਾਂਜੀ, ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਭਾਈ ਤੁਸੀਂ ਪਹਿਲੀ ਵਾਰ ਆ ਰਹੇ ਹੋ ਕਿ ਖਾਂਦੇ ਹੋ? ਨਹੀਂ ਭਾਈ, ਪਹਿਲੀ ਵਾਰੀ ਆ। ਖਾ ਰਹੇ ਹੋ, ਕਿੱਦਾਂ ਲੱਗ ਰਿਹਾ ਤੁਹਾਨੂੰ ਖਾਣ ਨੂੰ? ਬਹੁਤ ਵਧੀਆ ਹੈ, ਬਾਕੀਆਂ ਨੂੰ ਵਧੀਆ ਸਫਾਈ ਹੈ ਅਤੇ ਉਹ ਵਧੀਆ ਸਵਾਦ ਬਣਾਇਆ। ਖਾਲਸਾ ਜੀ ਇੱਕ ਵਾਰੀ ਐਡਰੈਸ ਦੱਸ ਦਿਓ, ਜਗ੍ਹਾ ਕਿਹੜੀ ਹੈ ਜੀ? ਹਾਂਜੀ, ਐਡਰੈਸ ਆਪਣਾ ਹੈਗਾ ਜੀ ਕੋਟਕਪੂਰਾ ਰੋਡ, ਬਾਘਾ ਪੁਰਾਣਾ ਜੀ, ਬਾਘੇ ਪੁਰਾਣੇ ਇਸ ਵਕਤ ਆਪਾਂ ਖੜ੍ਹੇ ਹਾਂ, ਔਰ ਜਿਹੜੀ ਰੇਹੜੀ ਆਪਣੀ ਬਾਘੇ ਪੁਰਾਣੇ ਲੱਗਦੇ ਆ ਜੀ, ਕੋਟਕਪੂਰਾ ਰੋਡ ਮੁੰਡਿਆਂ ਵਾਲੇ ਸਕੂਲ ਦੇ ਨਾਲ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜੀ। ਹਾਂਜੀ ਹਾਂਜੀ।